माता पिता दी मौत तो बाद रोटी नू तरस रहे तीन नाबालिग भैन भरा। पापा दी डेथ हो गई, 8 दिन हो गया, ते मेरी मम्मा दी भी डेथ हो गई, 5-7 साल हो गया। आस पास तो रोटी मांग के गुजारा करने लई होए मजबूर। असी बहुत औखे हां, असी मांग के खाईदा है जां कोई दे जांदा है। ते जेड़ा इहनां दा वड्डा ब्रदर आ ओह हैगा दिमागी प्रॉब्लम जी, ते उहनूं बन्नदे आ ते फिर छुट जांदा है, उहनां नूं मार कुट भी करदा जवाकां नूं। इहनां दे सार लैण लई सरकार अते समाज सेवी संस्थावां नूं अग्गे आउण दी जरूरत। सरकार नूं इही आ बेनती आ वी इहनां दा हल मसला कीता जावे बच्चां दा, क्योंकि हुण छोटे आ दोने भैण भरा पढ़दे आ। निक्के निक्के हत्थां विच अपने माता पिता दीआं तस्वीरां लै के मदद दी गुहार लगा रहे ने इह तीन नाबालिग भैण भरा, जो कि श्री मुक्तसर साहिब दे पिंड कटियावाली दे रहण वाले दस्से जा रहे ने। दस दिए कि इन्हां तीन नाबालिग भैण भरा दे माता पिता दी मौत करीब 3 साल पहलां हो चुकी है। पिता गुरमेज सिंह जो कि दिहाड़ी अते मजदूरी करके बच्चों दा पेट भरदा सी, ते हुण ओह वी रब नूं प्यारा हो गया। ਇਹ ਬੱਚੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਅਤੇ ਆਸ ਪਾਸ ਤੋਂ ਰੋਟੀ ਮੰਗ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ। ਤੇ ਇਹਨਾਂ ਤਿੰਨ ਬੱਚਿਆਂ ਦੇ ਵਿੱਚੋਂ ਇੱਕ 15 ਸਾਲ ਦਾ ਬੱਚਾ ਜੋ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅਤੇ ਘਰੋਂ ਭੱਜ ਜਾਂਦਾ ਹੈ, ਤੇ ਦਿਮਾਗੀ ਪਾਗਲ ਹੋਣ ਕਰਕੇ ਕੁੱਟ ਮਾਰ ਵੀ ਕਰਨ ਲੱਗ ਜਾਂਦਾ ਹੈ, ਜਿਸ ਨੂੰ ਮਜਬੂਰਨ ਪੰਡ ਕੇ ਰੱਖਣਾ ਪੈਂਦਾ ਹੈ। ਸੋ ਇਸ ਪੀੜਤ ਪਰਿਵਾਰ ਨੇ, ਇਹਨਾਂ ਪੀੜਤ ਬੱਚਿਆਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਦਿਮਾਗੀ ਤੌਰ ਤੇ ਪਰੇਸ਼ਾਨ ਭਰਾ ਦੇ ਇਲਾਜ ਦੀ ਵੀ ਮੰਗ ਕੀਤੀ ਹੈ। ਬੜੀ ਕੀ ਤੁਹਾਡਾ ਨਾਂ ਹੈਗਾ, ਕੀ ਕਹਿਣਾ ਚਾਹੋਗੇ, ਕਦੋਂ ਤੁਹਾਡੇ ਫਾਦਰ ਦੀ ਡੈਥ ਹੋਈ ਹੈ, ਕਦੋਂ ਮਾਤਾ ਦੀ ਡੈਥ ਹੋ ਗਈ ਹੈ, ਹੁਣ ਕਿਵੇਂ ਗੁਜ਼ਾਰਾ ਕਿਵੇਂ ਚੱਲਦਾ, ਘਰੇ ਕਿਉਂ ਕੌਣ ਹੈਗਾ ਜੀ? ਮੇਰਾ ਨਾਂ ਸਿਮਰਨਜੀਤ ਕੌਰ ਹੈ, ਤੇ ਮੇਰੇ ਪਾਪਾ ਦੀ ਡੈਥ ਹੋ ਗਈ ਆ, 8 ਦਿਨ ਹੋ ਗਏ ਆ, ਤੇ ਮੇਰੀ ਮੰਮਾ ਦੀ ਵੀ ਡੈਥ ਹੋ ਗਈ ਆ, 5-7 ਸਾਲ ਹੋ ਗਏ ਆ, ਤੇ ਅਸੀਂ ਬਹੁਤ ਔਖੇ ਹਾਂ, 3 ਭੈਣ ਭਰਾ ਰਹਿ ਗਏ ਹਾਂ, 2 ਭੈਣਾਂ ਵਿਆਹੀਆਂ ਹੋਈਆਂ ਨੇ, ਤੇ ਹੁਣ ਅਸੀਂ ਬਹੁਤ ਔਖੇ ਹਾਂ, ਅਸੀਂ ਮੰਗ ਕੇ ਖਾਈਦਾ ਹੈ ਜਾਂ ਕੋਈ ਦੇ ਜਾਂਦਾ ਹੈ। ਅਤੇ ਮੇਰਾ ਭਰਾ ਤਾਂ ਦਿਮਾਗੀ ਤੌਰ 'ਤੇ ਆ, ਉਹਨਾਂ ਦੀ ਦਵਾਈ ਚੱਲਦੀ ਆ, ਦਵਾਈ ਵਾਸਤੇ ਪੈਸੇ ਵੀ ਨਹੀਂ ਹੈਗੇ, ਬਹੁਤ ਔਖੇ ਆ। ਪਿੰਡ ਵਾਲੇ ਕੋਈ ਆਂਢ ਗੁਆਂਢ ਆਉਂਦੇ ਆ, ਕੋਈ ਤੁਹਾਨੂੰ ਕੋਈ ਇਸ ਤਰ੍ਹਾਂ ਕੋਈ ਰੋਟੀ ਪਾਣੀ ਦਾ, ਫਿਰ ਕਿਵੇਂ ਰੋਟੀ ਪਾਣੀ ਕਿੱਥੋਂ ਲੈਣੇ ਜੀ? ਜੀ ਅਸੀਂ ਲੈ ਆਈਦਾ ਜਾਂ ਕਿਸੇ ਤੋਂ ਮੰਗ ਲਈਦਾ, ਕੋਈ ਨਹੀਂ ਦਿੰਦਾ ਅੱਜ ਕੱਲ੍ਹ ਤਾਂ। ਤਾਂ ਕਿੰਨੀ ਉਮਰ ਕੀ ਹੈ ਤੁਹਾਡੀ? ਮੇਰੀ ਉਮਰ 13 ਸਾਲ ਹੈ। ਕਿ ਪੜ੍ਹਦੀ ਮੈਂ ਕਲਾਸ 'ਚ? ਪੜ੍ਹਦੀ ਹੁੰਦੀ ਹਾਂ, ਪੜ੍ਹਾਈ ਵਾਸਤੇ ਵੀ ਪੈਸੇ ਕੋਲ ਨਹੀਂ ਹੈਗੇ। ਹੁਣ ਜਦੋਂ ਦੀ ਤੁਹਾਡੇ ਫਾਦਰ ਦੀ ਡੈਥ ਹੋਈ ਹੈ, ਪਿਤਾ ਦੀ ਡੈਥ ਹੋਈ ਹੈ, ਉਸ ਤੋਂ ਬਾਅਦ ਪੜ੍ਹਾਈ ਦੇ ਕੀ ਹਾਲਾਤ ਹੈ, ਕਿ ਸਕੂਲ ਜਾਂਦੇ ਆ ਕਿ ਘਰੇ ਭਾਰੀ ਸੰਭਾਲਣਾ ਪੈਂਦਾ? ਨਾ, ਸਕੂਲ ਤਾਂ ਨਹੀਂ ਜਾਂਦੇ, ਪੜ੍ਹਾਈ ਵਾਸਤੇ ਪੈਸੇ ਹੀ ਨਹੀਂ ਹੈਗੇ, ਜਾਈਏ ਕਿੱਥੋਂ? ਨਹੀਂ ਵੀ ਹੁਣ ਘਰੇ ਘਰ ਤੁਹਾਨੂੰ ਸੰਭਾਲਣਾ ਪੈਂਦਾ ਹੈਗਾ, ਛੋਟੇ ਬੱਚੇ ਨੂੰ ਸੰਭਾਲਣਾ ਪੈਂਦਾ, ਦੂਜਾ ਵੱਡਾ ਹੈਗਾ ਪਰੇਸ਼ਾਨ ਰਹਿੰਦਾ ਹੈ, ਉਹ ਤਾਂ ਬਹੁਤ। ਉਹ ਕਿਵੇਂ ਤੰਗ ਪਰੇਸ਼ਾਨ ਕਰਦਾ ਹੈਗਾ ਜਦੋਂ, ਫਿਰ ਜੇ ਇੱਕ ਤੰਗ ਪਰੇਸ਼ਾਨ ਕਰਦਾ ਤਾਂ ਗਾਂਢ ਗੁਆਂਢ ਨੂੰ ਬੁਲਾਉਣੇ ਤੁਸੀਂ? ਹਾਂਜੀ ਬੁਲਾਉਣੇ ਆ, ਉਹ ਆ ਵੀ ਜਾਂਦੇ ਆ, ਬੰਨ ਜਾਂਦੇ ਆ, ਪਰ ਉਹ ਖੁੱਲ ਜਾਂਦਾ, ਭੱਜਦਾ ਹੈ, ਕੰਧਾ ਤੋੜਦਾ, ਘਰੇ ਖਲਾਰੇ ਬੜੇ ਪਾਉਂਦਾ। ਕੀ ਮੰਗ ਕੀ ਕਰਦੇ ਹੋ ਗਿਆ ਵੀ ਸਰਕਾਰ ਜੋ ਕਿ ਹੋਰ ਕੋਈ ਸਮਾਜ ਸੇਵੀ ਸੰਸਥਾ ਅੱਗੇ ਆਵੇ, ਜਿਹੜੀ ਵੀ ਤੁਹਾਡੇ ਛੋਟੀ ਉਮਰ ਦੇ ਵਿੱਚ ਜਿਹੜਾ ਜੀ ਭੀੜ ਪਈ ਹੈ? ਅਸੀਂ ਤਾਂ ਮੇਰਾ ਭਰਾ ਸਹੀ ਹੋ ਜਾਵੇ, ਕੋਈ ਪੈਸੇ ਹੋਣ, ਦਵਾਈ ਲਈਏ, ਛੇਤੀ ਸਹੀ ਹੋਵੇ ਜਾਂ ਉਹ ਸਾਨੂੰ ਸੰਭਾਲੇ, ਅਸੀਂ ਤਾਂ ਇਹ ਕਹਿੰਦੇ ਹਾਂ। ਉੱਥੇ ਦੂਜੇ ਪਾਸੇ ਪਿੰਡ ਵਾਸੀਆਂ ਨੇ ਵੀ ਇਹਨਾਂ ਛੋਟੇ ਬੱਚਿਆਂ ਦਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਇਹਨਾਂ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਿਲ ਹੈ। ਇਹਨਾਂ ਦੇ ਮਾਤਾ ਪਿਤਾ ਦੀ ਮੌਤ 3 ਸਾਲ ਪਹਿਲਾਂ ਹੋ ਚੁੱਕੀ ਹੈ, ਤੇ ਪਿੰਡ ਵਾਸੀਆਂ ਨੇ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਨਾਬਾਲਿਗ ਬੱਚਿਆਂ ਦੀ ਮਦਦ ਕੀਤੀ ਜਾਵੇ। ਕੀ ਤੁਹਾਡਾ ਨਾਂ ਹੈ, ਕੀ ਹਾਲਾਤ, ਕਦੋਂ ਤੋਂ ਇਹਨਾਂ ਦੇ ਇਸ ਤਰ੍ਹਾਂ ਦੇ ਹਾਲਾਤ ਬਣੇ, ਕਿਵੇਂ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋ ਰਿਹਾ, ਕਿਸ ਤਰ੍ਹਾਂ ਬਸਰ ਕਰ ਰਹੇ ਜੀ? ਨਾਂ ਮੇਰਾ ਗੁਰਦੀਪ ਸਿੰਘ ਹੈ ਜੀ। ਇਹਨਾਂ ਦੀ ਮੰਮੀ ਨੂੰ ਗੁਜਰੀ ਨੂੰ 6 ਸਾਲ ਹੋ ਗਿਆ, 5-6 ਸਾਲ ਹੋ ਗਿਆ, ਅਤੇ ਜਿਹੜਾ ਇਹਨਾਂ ਦਾ ਡੈਡੀ ਆ 8 ਦਿਨ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ। ਬਾਕੀ ਬਹੁਤ ਹਾਲਾਤ ਮਾੜੇ ਆ ਜੀ। ਅਤੇ ਜਿਹੜਾ ਇਹਨਾਂ ਦਾ ਵੱਡਾ ਬ੍ਰਦਰ ਆ ਉਹ ਹੈਗਾ ਦਿਮਾਗੀ ਪ੍ਰੋਬਲਮ ਜੀ, ਅਤੇ ਉਹਨੂੰ ਬੰਨਦੇ ਆ ਅਤੇ ਫਿਰ ਛੁੱਟ ਜਾਂਦਾ, ਉਹਨਾਂ ਨੂੰ ਮਾਰ ਕੁੱਟ ਵੀ ਕਰਦਾ ਜਵਾਕਾਂ ਨੂੰ। ਅਤੇ ਹੁਣ ਉਹ ਪੜ੍ਹਾਈ ਕਰਦੇ ਆ ਬੱਚੇ, ਅਤੇ ਹੁਣ ਹੈ ਨਹੀਂ ਉਹ ਜੀ ਗੱਲ ਪਹਿਲਾਂ ਨਹੀਂ, ਜਿਹੜਾ ਪਿਓ ਸੀ ਦਿਹਾੜੀ ਮਿਹਨਤ ਕਰਕੇ ਬੱਚੇ ਪਾਲੀ ਜਾਂਦਾ ਸੀਗਾ, ਬਹੁਤ ਹਾਲਾਤ ਮਾੜੇ ਆ ਜੀ। ਹੁਣ ਜਿਵੇਂ ਵੇਖਿਆ ਗਿਆ ਕਿ ਪੀਪੇ ਦੇ ਵਿੱਚ ਆਟਾ ਤੱਕ ਵੀ ਨਹੀਂ ਸੀਮਤ ਹੈਗਾ, ਵੀ ਕੀ ਲੱਗਦਾ ਕੀ ਹੈਗਾ ਵੀ ਜੇਕਰ ਉਹਨਾਂ ਦੇ ਪਿਤਾ ਤੋਂ ਬਾਅਦ ਬੱਚੇ ਕਿਵੇਂ ਜੀਵਨ ਬਸਰ ਕਰਨਗੇ? ਬਸ ਮੰਗ ਤੰਗ ਕੇ ਲਿਆਉਂਦੇ ਆ, ਪਿੰਡ 'ਚ ਮੰਗ ਲੈਂਦੇ, ਖਾ ਲੈਂਦੇ ਆ, ਅਤੇ ਮੈਂ ਤਾਂ ਇਹ ਕਹਿੰਦਾ ਸਰਕਾਰ ਵੱਲੋਂ ਕੋਈ ਇਹਨਾਂ ਦੀ ਮਦਦ ਕੀਤੀ ਜਾਵੇ।
तो जोड़ा वो हैगा दिमागी प्रॉब्लम वो सही हो जाए तो चल आता भरा तैयारी मेहनत करके बच्चे पाल लेगा और बहुत हालात माड़े होंगे दिमागी तौर पर कदों तो परेशान है किस तरह के हालात गुजरता है जेकर उन्होंने ऐस हो जाता है तो फिर किमें कंट्रोल कर दे इनू जी जो इन डैडी हों पहला है 3 साल हो गया दिमागी प्रॉब्लम सी वो इन बन जाता दवाई लिया तो ठीक रहा जो दवाई नहीं होंगी सी फिर उदा हो जाता सो जो हूँ खुल जाता बच्चे मार कुट करता है बहुत उन्होंने कुटदा मारदा उन्होंने दोनों दिमागी प्रॉब्लम होते पता नहीं उन्होंने भी मैं की कर रहा की नहीं कर रहा जी चक्की मंग की करते हो भी समाज सेवी संस्था या सरकार है किस तरह की इन्होंने मदद कर बच्चे बच्चे अपना जीवन बसर कर बस सरकार यही है बेनती है भी इनका हल मसला किया जाए बच्चों का क्योंकि हूँ छोटे आ दोनों भैन भरा पढ़ते हूँ वो कुड़ी हैगी 8-9 दिन हो गए घर बैठी है तो सरकार को बेनती है इन्हों का कोई वेख्या जाए सो इन्हां पीड़ित बच्चों का बैंक अकाउंट नंबर भी दिता गया है जिस दानी सज्जन ने इन्हां पीड़ित नाबालिग बच्चों की मदद करनी है ता दिते गए बैंक अकाउंट नंबर जरिए मदद कर सकते हैं। दैवन मीडिया लिए श्री मुक्तसर साहिब तो बुट्टा सिंह की खास रिपोर्ट।